ਬੇਅਦਬੀ ਬਰਗਾੜੀ ਦੀਆਂ ਗਲੀਆਂ 'ਚ ਸਾਡੇ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਤੇ ਪਰ ਉਸ ਤੋਂ ਬਾਅਦ 300-400 ਵਾਰ ਬੇਅਦਬੀ ਥਾਂ ਥਾਂ ਤੇ ਕੀ ਆਖੀ ਵੀ ਬੋਲ ਵੀ ਨਹੀਂ ਸਕਦੇ ਵੀ ਥਾਂ ਥਾਂ ਤੇ ਸਾਡੇ ਗੁਰੂ ਅਪਮਾਨ ਹੋ ਰਿਹਾ ਹੈ ਪਰ ਉਹਦੇ ਲਈ ਅਸੀਂ ਦੁੱਖ ਹੈ ਵੀ ਸਾਡੀ ਸਰਕਾਰਾਂ ਸਾਡੀਆਂ ਸਾਡੇ ਸ਼੍ਰੋਮਣੀ ਕਮੇਟੀ ਜਥੇਦਾਰ ਸਾਡੇ ਅਕਾਲੀ ਦਲ ਸਾਰੇ ਜੋ ਵੀ ਸਮੁੱਚਾ ਖਾਲਸਾ ਪੰਥ ਉਹਦੇ ਲਈ ਇੱਕ ਮਾਮੂਲੀ ਕਾਨੂੰਨ ਨਹੀਂ ਬਣਵਾ ਸਕਿਆ ਇੱਕ ਜਿਹੜੀ ਇੱਕ ਮਾਮੂਲੀ ਧਾਰਾ 295 ਦੀ ਜਿਹੜੀ ਕਿ ਆਮ ਸਿੱਖ ਦੇ ਕਿਸੇ ਹਿੰਦੂ ਦਾ ਕਿਸੇ ਨੂੰ ਨੁਕਸਾਨ ਹੋ ਜਾਵੇ ਉਹਦੇ ਲਈ ਲੱਗਦੀ ਹੈ ਬੰਦਿਆਂ ਲਈ ਪਰ ਅਸੀਂ ਗੁਰੂ ਲਈ ਆਪਣੇ ਲਈ ਕੋਈ ਕਾਨੂੰਨ ਹੀ ਨਹੀਂ ਹੈਗਾ ਸਾਡੇ ਗੁਰੂ ਦਾ ਅਪਮਾਨ ਰੋਜ਼ਾਨਾ ਹੋ ਰਿਹਾ ਇੱਥੇ ਤੱਕ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਮੂਤ ਰਹੇ ਨੇ ਲੋਕ ਪਤਨ ਹੋ ਰਿਹਾ ਤੇ ਉਹਦੇ ਲਈ ਤਾਂ ਕਰਕੇ ਵੀ ਅੱਜ ਅਸੀਂ ਇਸ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਜੀ ਖਾਲਸਾ ਖੇੜੀ ਨਗਾਈਆਂ ਵਾਲੇ ਉਹਨਾਂ ਨੇ ਮੋਰਚਾ ਲਾ ਦਿੱਤਾ ਉਹਨਾਂ ਦਾ ਸਾਥ ਦੇਣ ਲਈ ਅਸੀਂ 2015 ਦੇ ਵਿੱਚ ਪਹਿਲੀ ਬੇਅਦਬੀ ਹੋਈ ਸੀ ਅੱਜ ਦੇ ਦਿਨ 9 ਸਾਲ ਹੋ ਗਏ 300 ਬੇਅਦਬੀਆਂ ਹੋ ਗਈਆਂ ਕੋਈ ਮੇਰੀ ਪੱਗ ਲਾ ਦਿੰਦਾ ਕੋਈ ਹਿੰਦੂ ਵੀਰ ਦਾ ਜਨੇਊ ਛੇੜ ਦਿੰਦਾ ਉੱਤੇ 295 ਇਹ ਧਾਰਾ ਲੱਗਦੀ ਹੈ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਗੀਤਾ ਨੂੰ ਜਾਂ ਕੁਰਾਨ ਨੂੰ ਕੋਈ ਪਾੜ ਦਿੰਦੇ ਉੱਤੇ ਵੀ ਸੇਮ ਧਾਰਾ ਲੱਗਦੀ ਹੈ ਸਾਡੀ ਕਿਸੇ ਵੀ ਹਿੰਦੂ ਕੌਮ ਜਾਂ ਸਿੱਖ ਕੌਮ ਤੋਂ ਅੱਜ ਤੱਕ ਕਾਨੂੰਨ ਨਹੀਂ ਬਣਿਆ ਕਿ ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਜਾਂ ਮੰਨ ਲਓ ਗੀਤਾ ਜਾਂ ਕੁਰਾਨ ਦਾ ਕਿ ਉਹਦੇ ਕਾਰਨ ਕਰਕੇ ਸਾਨੂੰ ਉੱਤੇ ਚੜ੍ਹਨਾ ਪਿਆ ਕੌਣ ਕੌਣ ਚੜ੍ਹਿਆ ਜੀ ਰਜਿੰਦਰ ਛੰਨਾ ਹਾਂ ਅਤੇ ਦੂਸਰ ਫੌਜੀ ਸਾਹਿਬ ਗੁਰਜੀਤ ਹਾਂਜੀ ਗੁਰਜੀਤ ਫੌਜੀ ਸਾਹਿਬ ਇਹ ਕਿੱਥੇ ਦੇ ਰਹਿਣਾ ਇਹ ਆਪਣਾ ਖੇੜੀ ਉਹ ਨਗਾਈਆਂ ਤੁਹਾਡਾ ਨਾਮ ਕੀ ਹੈ ਅਰਸ਼ਪ੍ਰੀਤ ਸਿੰਘ ਤੁਹਾਡਾ ਕਿਹੜਾ ਪਿੰਡ ਹੈ ਕੁਤਵਨਪੁਰ ਕੁਤਵਨਪੁਰ ਹਾਂਜੀ ਕਿੰਨੇ ਟਾਈਮ ਦਾ ਬੈਠਣਗੇ ਇਹ ਤਾਂ ਮਰਨ ਦੀ ਲੜਾਈ ਹੈ ਜੀ ਜੇ ਕੋਈ ਸਰਕਾਰ ਕਰਦੀ ਹੈ ਕੁਛ ਬਣਦੀ ਹੈ ਕੋਈ ਗੱਲ ਠੀਕ ਹੈ ਨਹੀਂ ਤਾਂ ਉੱਤੇ ਬਸ ਮਰਨਗੇ ਨਹੀਂ ਭੁੱਖ ਹੜਤਾਲ ਹੈ ਹਾਂਜੀ ਨਹੀਂ ਭੁੱਖ ਹੜਤਾਲ ਨਹੀਂ ਹੈਗੀ ਉੱਤੇ ਬੈਠੇ ਰਹਿਣਗੇ ਉਨਾ ਟਾਈਮ ਖਾਣ ਪੀਣਗੇ ਖਾਣ ਪੀਣ ਦਾ ਸਮਾਨ ਕਿਸ ਤਰ੍ਹਾਂ ਪਹੁੰਚਾਓਗੇ ਕਿਸ ਤਰ੍ਹਾਂ ਪਹੁੰਚਾ ਦੇਣਾ ਮੈਂ ਹੁਣੇ ਪਹੁੰਚਾ ਦੇਣਾ ਜੋ ਸਾਹਮਣੇ ਪਹੁੰਚਾ ਦਾਂਗਾ ਇਹ ਮੁੱਦਾ ਜੀ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿਛਲੇ ਲੰਮੇ ਸਮੇਂ ਤੋਂ ਬਹੁਤ ਘਟਨਾਵਾਂ ਵਾਪਰੀਆਂ ਨੇ ਪਰ ਉਹਦੇ ਵਿੱਚ ਕਿਸੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਹੋਈ ਜੇ ਕੋਈ ਦੋਸ਼ੀ ਗ੍ਰਿਫਤਾਰ ਵੀ ਹੋ ਜਾਂਦਾ ਥੋੜ੍ਹੇ ਸਮੇਂ ਬਾਅਦ ਉਹਦੀ ਜ਼ਮਾਨਤ ਹੁੰਦੀ ਹੈ ਉਹ ਰਿਹਾਅ ਹੋ ਜਾਂਦਾ ਜਾਂ ਉਹਨੂੰ ਮਾਨਸਿਕ ਰੋਗੀ ਕਹਿ ਕੇ ਪੇਸ਼ ਕੀਤਾ ਜਾਂਦਾ ਇਹ ਜੋ ਸਿੰਘ 2 ਉੱਪਰ ਚੜ੍ਹੇ ਨੇ ਇਹਨਾਂ ਨਾਲ ਸਾਡੀ ਗੱਲ ਹੋਈ ਹੈ ਇਹਨਾਂ ਦੀ ਇਹੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਜੇਕਰ ਕੋਈ ਉਹਨੂੰ ਇਹ ਕਿਹਾ ਜਾਂਦਾ ਕਿ ਇਹ ਮਾਨਸਿਕ ਰੋਗੀ ਹੈ ਤਾਂ ਉਸ ਪੂਰੀ ਸਾਜ਼ਿਸ਼ ਨੂੰ ਬੇਨਕਾਬ ਕਰਕੇ ਉਸ ਬੰਦੇ ਨੂੰ ਜਿਹੜੇ ਕੋਈ ਭੇਜਣ ਵਾਲੇ ਪਿੱਛੇ ਬੰਦੇ ਹੁੰਦੇ ਹਨ ਉਹਨਾਂ ਦਾ ਸਭ ਦਾ ਚਿਹਰਾ ਬੇਨਕਾਬ ਕੀਤਾ ਜਾਵੇ ਕਿੰਨੀ ਘਟਨਾਵਾਂ ਹੋਈਆਂ ਅੱਜ ਤੱਕ 15 ਬਾਅਦ ਇਹ ਜੀ ਤਕਰੀਬਨ 2012 ਤੋਂ ਬਾਅਦ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹੈਗੀਆਂ ਤਕਰੀਬਨ ਹਰ ਜ਼ਿਲ੍ਹੇ ਵਿੱਚ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਰਹਿੰਦੀਆਂ ਨੇ ਜੇ ਕੋਈ ਭੜਕੇ ਹੋਏ ਮੌਕੇ 'ਤੇ ਸਿੱਖ ਸੰਗਤ ਹੈ ਜਾਂ ਕੋਈ ਨਿਹੰਗ ਸਿੰਘ ਨੇ ਜੇ ਕੋਈ ਆਪਦੇ ਵੱਲੋਂ ਕਿਸੇ ਨੇ ਕੋਈ ਉਹਦੀ ਕੁੱਟਮਾਰ ਕਰ ਦਿੱਤੀ ਜਾਂ 1-2 ਥਾਵਾਂ 'ਤੇ ਇਹ ਹੋਇਆ ਕਿ ਬੇਅਦਬੀ ਕਰਨ ਵਾਲਿਆਂ ਦੀ ਮੌਤ ਵੀ ਹੋਈ ਆ ਇਹਦੇ ਨਾਲ ਕੀ ਹੁੰਦਾ ਕਿ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਰਿਹਾ ਪਰ ਸਰਕਾਰ ਸੁੱਤੀ ਪਈ ਆ ਸਰਕਾਰ ਇਸ ਮਸਲੇ ਤੇ ਕੋਈ ਗੰਭੀਰ ਕਦਮ ਨਹੀਂ ਚੱਕ ਰਹੀ ਹੈ ਸਰਕਾਰ ਇਸ ਮਸਲੇ ਗੰਭੀਰ ਨਹੀਂ ਹੈ ਸੰਗਤ ਸਾਹਿਬ ਕਦੋਂ ਤੱਕ ਬੈਠੇਗਾ ਰਜਿੰਦਰ ਸਿੰਘ ਫਤਿਹਗੜ੍ਹ ਸੰਨਾ ਟਾਵਰ ਤੇ ਇਹ ਜਿੰਨਾ ਚਿਰ ਤੱਕ ਕੋਈ ਸਰਕਾਰ ਆ ਕੇ ਗੱਲ ਨਹੀਂ ਕਰਦੀ ਉਹਨਾਂ ਚਿਰ ਤੱਕ ਸੰਘਰਸ਼ ਜਾਰੀ ਰਹੂਗਾ ਜਿੰਨਾ ਚਿਰ ਤੱਕ ਸਖਤ ਕਾਨੂੰਨ ਨਹੀਂ ਬਣਾਉਂਦੀ ਹੈ ਸਾਡਾ ਰਾਈਟ ਆ ਸਾਡਾ ਅਸੀਂ ਰੋਡ ਰੋਕੀਏ ਰੋਡ ਰੋਕ ਕੇ ਦੇਖ ਲਏ ਮੋਰਚੇ ਲਾ ਲਾ ਕੇ ਦੇਖ ਲਏ ਕੁਝ ਨਹੀਂ ਹਲੇ ਤੱਕ ਬਣਿਆ ਬੜੇ ਮੋਰਚੇ ਲੱਗੇ ਬੜੇ ਸਾਡੇ ਮੋਰਚੇ ਫੇਲ ਹੋ ਗਏ ਪਰ ਸਾਡਾ ਜਿਹੜਾ ਹੁਣ ਮੇਨ ਏਜੰਡਾ ਸੀ ਕੋਈ ਦੋਸ਼ੀ ਦੋਸ਼ ਕਰਦਾ ਅਸੀਂ ਉਹਨੂੰ ਕਤਲ ਕਰ ਦਈਏ ਫਿਰ ਅਸੀਂ ਸਾਨੂੰ ਕਹਿੰਦੇ ਤੁਸੀਂ ਕਾਨੂੰਨ ਆਪਦੇ ਹੱਥ 'ਚ ਲੈ ਲਿਆ ਫਿਰ ਅਸੀਂ ਇਹ ਸਾਡੀ ਮੰਗ ਹੈ ਕਿ ਤੁਸੀਂ ਕਾਨੂੰਨ ਹੀ ਇਹੋ ਜਿਹਾ ਬਣਾਓ ਤਾਂ ਤੁਸੀਂ ਸਜ਼ਾ ਦਿਓ ਜਿਹੜੇ ਲੋਕਾਂ ਦੇ ਅੰਦਰ ਕੋਈ ਡਰ ਭੈ ਪੈਦਾ ਹੋਵੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੂਗਾ ਉਹਨੂੰ ਜਾਂ ਫਾਂਸੀ ਲੱਗੂਗਾ ਜਾਂ ਉਹਨੂੰ 20 ਸਾਲ ਦੀ ਸਜ਼ਾ ਹੋਊਗੀ ਜਿਹੜਾ ਗੁਟਕੇ ਦੀ ਬੇਅਦਬੀ ਕਰੂਗਾ ਉਹਦੀ ਇੰਨੀ ਹੋਊਗੀ ਜਿਹੜਾ ਮਸੀਤ 'ਚ ਕਰੂਗਾ ਉਹਦੀ ਹੋਊਗੀ ਜਿਹੜਾ ਮੰਦਰ 'ਚ ਕਰੂਗਾ ਅਸੀਂ ਇਹ ਨਹੀਂ ਹੈਗੇ ਕੋਈ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇਕੱਲੀ ਕੋਈ ਕਿਸੇ ਵੀ ਧਰਮ ਦੀ ਕੋਈ ਬੇਅਦਬੀ ਕਰਦਾ ਉਹਦੇ ਵਾਸਤੇ ਹੁਣ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇਕੱਲੇ ਦਾ ਕਾਨੂੰਨ ਨਹੀਂ ਬਣਨਾ ਇਹ ਤਾਂ ਮੰਦਰਾਂ 'ਲ ਵੀ ਬਣੂਗਾ ਮਸੀਤਾਂ 'ਲ ਵੀ ਬਣੂਗਾ ਕਿਸੇ ਵੀ ਧਰਮ ਦੀ ਕੋਈ ਘਟਨਾ ਹੁੰਦੀ ਹੈ ਬੇਅਦਬੀ ਹੁੰਦੀ ਹੈ ਉਸਦੇ ਵਿੱਚ ਕਥਿਤ ਜਿਹੜੇ ਦੋਸ਼ੀ ਹੈ ਉਹਨਾਂ 'ਤੇ ਸਖਤ ਸਜ਼ਾ ਉਹਨੂੰ ਮਿਲੇ ਸਖਤ ਕਾਨੂੰਨ ਬਣੇ ਇਹ ਮੰਗ ਸਿੱਖ ਜਥੇਬੰਦੀਆਂ ਦੀ ਹੈ ਹਾਂ ਕੀ ਨਾਮ ਆਪ ਜੀ ਦੇਖੋ ਕੁਲਵਿੰਦਰ ਸਿੰਘ ਸਿੱਧੂ ਆ ਜੀ ਹਾਂਜੀ ਇਹ ਜਿਹੜੇ ਕਾਨੂੰਨ ਇਹ ਤਾਂ ਬਣਨੇ ਜ਼ਰੂਰੀ ਨੇ ਜੇ ਕਾਨੂੰਨ ਨਾ ਬਣੇ ਤਾਂ ਸਥਿਤੀ ਵਿਗੜ ਸਕਦੀ ਹੈ ਪੰਜਾਬ ਦੇ ਵਿੱਚ ਇੰਨੀਆਂ ਬੇਅਦਬੀਆਂ ਹੋ ਰਹੀਆਂ ਨੇ ਹੱਦ ਤੋਂ ਜ਼ਿਆਦਾ ਪਰ ਅਸੀਂ ਹੁਣ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਜੇ ਕੋਈ ਮੁਰਜਮ ਕੋਈ ਵੀ ਆਏਗਾ ਬੇਅਦਬੀ ਕਰਨ ਤਾਂ ਅਸੀਂ ਉਹ ਪੁਲਿਸ ਨੂੰ ਨਹੀਂ ਦੇਵਾਂਗੇ ਅਸੀਂ ਉਹਦਾ ਖੁਦ ਕੰਮ ਕਰਾਂਗੇ ਜਿਹੜਾ ਕਰਨਾ